ਇੱਕ ਅੰਗਰੇਜ਼ ਹੈ 102 ਸਾਲ ਦਾ, ਅਤੇ ਮੈਨੂੰ ਉਹਨੇ ਇੱਕ ਬੁੱਕ ਪ੍ਰੈਜੈਂਟ ਦਿੱਤੀ, ਅਤੇ ਬੁੱਕ ਬਹੁਤ ਵੱਡੀ ਸੀ। ਦੇ ਦਿੰਦੇ ਆ ਜਦੋਂ ਮੈਂ ਕਿਸੇ ਫੰਕਸ਼ਨ 'ਤੇ ਜਾਣਾ, ਮੈਂ ਪੜ੍ਹੀ ਨਾ। ਉਹਦਾ ਮੈਨੂੰ 3 ਹਫ਼ਤੇ ਹੋਇਆ ਕਾਲ ਆਇਆ, ਕਹਿੰਦਾ ਮਿਸਟਰ ਸਿੰਘ, 102 ਸਾਲ ਦਾ ਬਜ਼ੁਰਗ ਮੈਨੂੰ ਮਿਸਟਰ ਸਿੰਘ ਕਹਿ ਕੇ ਬੁਲਾ ਰਿਹਾ, ਕਹਿੰਦਾ ਤੂੰ ਬੁੱਕ ਪੜ੍ਹੀ ਨਹੀਂ, ਕਹਿੰਦਾ ਹੁਣ ਦੇ ਹਾਲਾਤ ਦੇ ਨਾਲ ਜੁੜੀ ਵੀ। ਮੈਂ ਕਿਹਾ ਵੀ ਕਿਸਾਨ ਅੰਦੋਲਨ ਦਾ ਕੀ ਤਾਲਕ? ਹਾਂ, ਉਹ ਬੁੱਕ ਕੀ ਸੀਗੀ? ਦ ਵਿਜ਼ਨਰੀ, ਸਵਰਗਵਾਸੀ ਪ੍ਰਤਾਪ ਸਿੰਘ ਕੈਰੋਂ 'ਤੇ ਉੱਪਰ ਲਿਖੀ ਗਈ ਸੀਗੀ, ਇੱਕ IAS ਅਫਸਰ ਨੇ, ਸਾਊਥ ਦੇ ਨੇ ਲਿਖੀ ਸੀਗੀ, ਅਤੇ ਉਹਨਾਂ ਦਾ ਬੇਟਾ ਸਰਦਾਰ ਗੁਰਿੰਦਰ ਸਿੰਘ ਕੈਰੋਂ ਉਹਨਾਂ ਦਾ ਨਾਂ, ਜਿਹਨਾਂ ਨੇ ਲਿਖੀ ਸੀ। ਅਤੇ ਮੈਨੂੰ 2 ਹਫ਼ਤੇ ਪਹਿਲਾਂ ਫਿਰ ਕਾਲ ਆਈ, ਉਸ ਬਜ਼ੁਰਗ ਦੀ 102 ਸਾਲ ਦਾ ਸੀ, ਅਤੇ ਉਹਦੀ ਉਮਰ 27-28 ਸਾਲ ਦੀ ਸੀ 1947 ਜਦੋਂ ਇੱਥੇ ਆਪਾਂ ਨੂੰ ਆਜ਼ਾਦੀ ਦੇ ਕੇ ਗਏ। ਠੀਕ ਹੈ, ਉਹ ਬ੍ਰਿਟਿਸ਼ ਆਰਮੀ ਦੇ ਵਿੱਚ ਸੀ, ਪੰਜਾਬ ਸੀ। ਕਹਿੰਦਾ ਯਾਰ ਜ਼ਰੂਰ ਪਾੜੇ ਨੂੰ, ਸੁਣ ਲਓ ਹੁਣ ਕੀ ਪੜਿਆ। ਨੋਟ ਕਰ ਲਿਓ ਪ੍ਰੈਸ ਵਾਲੇ ਵੀਰੋ, ਜਿਹੜੇ ਸਾਨੂੰ ਰਾਸ਼ਟਰਵਾਦ ਦੀ ਪਰਿਭਾਸ਼ਾ ਸਿਖਾਉਂਦੇ, ਉਸ ਵੇਲੇ ਇੱਕ ਨੈਸ਼ਨਲ ਡਿਫੈਂਸ ਫੰਡ ਸੈਟਅਪ ਕੀਤਾ ਗਿਆ ਜਦੋਂ 1962 ਦੀ ਲੜਾਈ ਲੱਗੀ ਸੀ ਚਾਈਨਾ ਨਾਲ, ਕਿਉਂਕਿ ਸਾਡੇ ਮੁਲਕ ਨੂੰ ਆਜ਼ਾਦੀ ਮਿਲੇ ਨੂੰ ਸਿਰਫ 15 ਸਾਲ ਹੋਏ ਸੀ, ਅਸੀਂ ਗਰੀਬ ਸੀ ਸਾਡਾ ਮੁਲਕ, ਅਤੇ ਚਾਈਨਾ ਨਾਲ ਸਾਡਾ ਪੰਗਾ ਪੈ ਗਿਆ। ਉਸ ਵੇਲੇ ਨਹਿਰੂ ਜੀ ਨੇ ਇੱਕ ਐਮਰਜੈਂਸੀ ਨੈਸ਼ਨਲ ਫੰਡ ਸੈਟਅਪ ਕੀਤਾ, ਸਰਕਾਰ ਕੋਲ ਪੈਸਾ ਨਹੀਂ ਸੀ। ਉਸ ਵੇਲੇ 1962 ਦੇ ਵਿੱਚ 8 ਕਰੋੜ ਰੁਪਈਆ ਇਕੱਠਾ ਹੋਇਆ ਸੀ, 8 ਕਰੋੜ। ਹਰਿਆਣਾ ਸਾਡੇ ਨਾਲ ਹੀ ਸੀ, ਇਕੱਠੇ ਸੀ ਅਸੀਂ 1962 ਦੇ ਵਿੱਚ। ਠੀਕ ਹੈ, 8 ਕਰੋੜ ਰੁਪਈਆ ਇਕੱਠਾ ਹੋਇਆ ਟੋਟਲ ਸਾਰੇ ਇੰਡੀਆ ਚੋਂ। ਸੁਣੋ ਮੈਂ ਕੀ ਕਹਿ ਰਿਹਾ, 4.25 ਕਰੋੜ ਇਕੱਲੇ ਪੰਜਾਬ ਦਾ ਸੀ, ਜਿਹਦੀ ਪਾਪੂਲੇਸ਼ਨ 2% ਹੈ। ਆਉਂਦੀ ਹੈ ਸ਼ਰਮ ਸਾਨੂੰ ਰਾਸ਼ਟਰਵਾਦ ਦੀ? ਮੈਂ ਪ੍ਰਾਊਡ ਹੈ ਕਿ ਮੇਰਾ ਜਨਮ ਉਸ ਖਿੱਤੇ 'ਚ ਹੋਇਆ। ਇੱਕ ਫਿਰ ਕੀ ਹੋਇਆ, ਉਸ ਵੇਲੇ ਲੋਕਾਂ ਨੇ ਆਪਦੇ ਕੰਨਾਂ 'ਚ ਸੋਨਾ ਬੀਬੀਆਂ ਦੇ ਗਲਾਂ 'ਚ ਉਹ ਵੀ ਦੇਤਾ ਸੀ ਕਿ ਸਾਡੇ ਮੁਲਕ ਐਮਰਜੈਂਸੀ 'ਚ ਇਹ ਲੜਾਈ ਲੱਗ ਗਈ ਚਾਈਨਾ ਨਾਲ। 252 ਕਿੱਲੋ ਸੋਨਾ ਇਕੱਠਾ ਹੋਇਆ, ਆਹ ਸੁਣੋ, 252 ਕਿੱਲੋ ਸੋਨਾ ਇਕੱਠਾ ਹੋਇਆ, ਸਿਰਫ 5.25 ਕਿੱਲੋ ਸੋਨਾ ਸਾਰੇ ਇੰਡੀਆ 'ਚੋਂ, 246 ਕਿੱਲੋ ਇਕੱਲੇ ਪੰਜਾਬ 'ਚੋਂ ਇਕੱਠਾ ਹੋਇਆ ਸੀ। 246 ਕਿੱਲੋ 252 ਕਿੱਲੋ ਦੇ ਵਿੱਚੋਂ 5.25 ਕਿੱਲੋ ਉੱਥੋਂ ਦੂਜੇ ਇੰਡੀਆ ਦੇ ਹਿੱਸੇ 'ਚੋਂ ਆਇਆ, ਜਿਹਦੀ ਪਾਪੂਲੇਸ਼ਨ 98% ਆ। ਅਸੀਂ 2% ਵਾਲਿਆਂ ਨੇ 246 ਕਿੱਲੋ ਇਕੱਠਾ ਕੀਤਾ ਸੀਗਾ। ਇਹ ਬੁੱਕ ਦੇ, ਉਸ ਬੁੱਕ ਦੇ ਪੇਜ ਨੰਬਰ 238 ਖੋਲ੍ਹ ਕੇ ਪੜ੍ਹ ਲਓ। ਫਿਰ ਮੈਨੂੰ ਅੰਗਰੇਜ਼ ਦਾ ਫੋਨ ਆਇਆ, ਕਹਿੰਦਾ ਜੇ ਬੁੱਕ ਪੜ੍ਹਨ ਦਾ ਟਾਈਮ ਨਹੀਂ ਤਾਂ ਪੇਜ 238 ਜ਼ਰੂਰ ਪੜ੍ਹ ਲਾ। ਅਤੇ ਪੜ੍ਹਿਆ ਮੈਂ, ਅਤੇ ਮੈਂ ਬੁੱਕ ਵੀ ਪੜ੍ਹ ਰਿਹਾ ਹਾਂ। ਫਿਰ ਕੀ ਹੋਇਆ, ਅਤੇ ਨਹਿਰੂ ਜੀ ਦੇ 73ਵੇਂ ਜਨਮ ਦਿਨ ਦੇ ਉੱਤੇ ਇਹ ਸੋਨਾ ਉਹਨਾਂ ਨੂੰ ਭੇਟ ਕੀਤਾ ਗਿਆ। ਕਾਹਦੇ ਲਈ? ਨੈਸ਼ਨਲ ਡਿਫੈਂਸ ਫੰਡ ਜੋ ਸੈਟਅਪ ਕੀਤਾ ਸੀ। ਕੋਈ ਖੁੱਲੀਆਂ ਅੱਖਾਂ, ਕੋਈ ਬ੍ਰੇਨ ਦੇ ਦਰਵਾਜ਼ੇ ਖੁੱਲ੍ਹੇ, ਜਿਹੜੇ ਬੰਦ ਕੀਤੇ ਆ। ਐਵੇਂ ਗਲਤ ਹੀ ਬੋਲੀ ਜਾਂਦੇ ਆਪਾਂ ਸਾਰੀ ਦਿਹਾੜੀ, ਯਾਰ ਮੁਲਕ ਨੂੰ ਤੋੜਨ 'ਤੇ ਲੱਗਿਆ, ਜੋੜਨਾ, ਇਕੱਠੇ ਰੱਖਣਾ। ਹਾਂ, ਹੁਣ ਮਾਝੇ ਨਾਲ ਥੈਂਕਸ ਕਰਦਾ ਗੁਰੂ ਰਾਮਦਾਸ ਦੀ ਨਗਰੀ ਦਾ, ਅਤੇ 130 ਕਿੱਲੋ ਸੋਨਾ ਇਕੱਲੇ ਸਾਡੇ ਗੁਰੂ ਰਾਮਦਾਸ ਦੀ ਨਗਰੀ 'ਚੋਂ ਇਕੱਠਾ ਹੋਇਆ ਸੀ, ਮਾਝੇ 'ਚੋਂ। ਮੈਂ ਉਹਨਾਂ ਨੂੰ ਵੀ ਸਲੂਟ ਕਰਦਾ। ਇਹ ਇਤਿਹਾਸ ਤੁਹਾਡੇ ਨਾਲ ਤਾਂ ਫੋਲਿਆ, ਅੰਗਰੇਜ਼ ਨੇ ਫਲਵਾਇਆ, ਕਿਉਂਕਿ ਉਹ ਵੀ ਦੇਖ ਰਿਹਾ ਵੀ ਅੰਦੋਲਨ ਕੀ ਹੋਈ ਜਾਂਦਾ ਉੱਥੇ। ਠੀਕ ਹੈ, ਕਿਉਂਕਿ ਉਹਨੇ ਨੌਕਰੀ ਕੀਤੀ ਸੀ 47 'ਚ ਪੰਜਾਬ 'ਚ, ਅਤੇ ਹਜੇ ਵੀ ਜਿਉਂਦਾ 102 ਸਾਲ ਦਾ, ਸਾਡੇ ਇੰਨੀਆਂ ਲੰਬੀਆਂ ਉਮਰ ਵਾਲੇ ਬੈਠੇ ਆ। ਅਤੇ ਮੈਨੂੰ ਉਹਨੇ ਭੇਜਿਆ, ਮੈਂ ਬਹੁਤ ਧੰਨਵਾਦ ਕਰਦਾ ਦੋਸਤੋ। ਇਹ ਬੁੱਕ ਦਾ ਨਾਂ ਫਿਰ ਬੋਲ ਦਿੰਦਾ, ਇਹ ਵਿਜ਼ਨਰੀ।